असी चमिंडे विच बेरी वाला खूह एक सी खूह उन्हूं मोटियां दा खूह कहिंदे सी एक तूतां वाला खूह इस तरह नाम रखे सी उन्हां ने बेरियां दी रैह जिहड़ी ना इस पिंड जिड्डी सी तकरीबन डंगर बछा जां खेतीबाड़ी करन वास्ते पिंड बहुत दूर सी उन्हूं बेलियां कहिंदे बेलियां दे विच रहिंदे सी ते औरतां ने उत्थों तार कढ के ते वापस पिंड नूं आउणा ਇਹ ਝੂੰਡਾ ਸ਼ਹਿਰ ਰੇਲਵੇ ਸਿਗਨਲ ਅਤੇ ਇਹ ਸਾਰਾ ਝੂੰਡਾ ਸ਼ਹਿਰ ਇਹ ਨਜ਼ਰ ਆ ਰਿਹਾ ਅਤੇ ਇਹ ਝੂੰਡੇ ਸ਼ਹਿਰ ਦੇ ਵਿੱਚ ਬੇਰੀ ਵਾਲਾ ਖੂਹ ਦੇਖੋ ਨਾ ਇਹ ਸ਼ਹਿਰ ਇਹ ਸਾਰਾ ਝੂੰਡੇ ਦਾ ਰਕਬਾ ਜਿਸ ਤਰ੍ਹਾਂ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖ ਇੱਥੇ ਆਉਂਦੇ ਸਾਰਾ ਰਕਬਾ ਉਹਨਾਂ ਦਾ ਹੀ ਹੁੰਦਾ ਸੀ ਲਓ ਜੀ ਸਰਦਾਰ ਜੀ ਫਿਰ ਅਸੀਂ ਝੂੰਡੇ ਦੇ ਵਿੱਚ ਤੁਹਾਡਾ ਬੇਰੀ ਵਾਲਾ ਖੂਹ ਵਿਖਾ ਦਿੰਦੇ ਹਾਂ ਤੁਹਾਨੂੰ ਤੁਸੀਂ ਜ਼ਿਕਰ ਕੀਤਾ ਬੇਰੀ ਵਾਲਾ ਖੂਹ ਅਤੇ ਹੋਰ ਵੀ ਅੰਬਾਂ ਵਾਲਾ ਖੂਹ ਲੇਕਿਨ ਇਹ ਬੇਰੀ ਵਾਲਾ ਖੂਹ ਜਨਾਬ ਅੱਜ ਵੀ ਮੌਜੂਦ ਹੈ ਬਾਕੀ ਖੂਹ ਖਤਮ ਹੋ ਗਏ ਨੇ ਲੇਕਿਨ ਬੇਰੀ ਵਾਲਾ ਖੂਹ ਛੋਟੀ ਇੱਟ ਨਾਲ ਬਣਿਆ ਐ 'ਚ ਇਹ ਝੂੰਡੇ ਸ਼ਹਿਰ ਤੋਂ ਬਾਹਰ ਬੂਟਰਾਂ ਵਾਲੀ ਸਾਈਡ 'ਤੇ ਡੇਰੇ ਨੇ ਜਿੱਥੇ ਸਰਦਾਰ ਉਹਦੀਆਂ ਜ਼ਮੀਨਾਂ ਹੁੰਦੀਆਂ ਸਨ ਅਤੇ ਇਹ ਜਨਾਬ ਉਹਨਾਂ ਦੀ ਖੁਆਇਸ਼ 'ਤੇ ਉਹਨਾਂ ਨੂੰ ਖੂਬ ਹਾਲਤ ਹੈ ਬੜੀ ਮੁਸ਼ਕਲ ਲੱਭਿਆ ਇੱਥੇ ਆ ਕੇ ਬੇਰੀ ਵਾਲਾ ਖੂਹ ਹੈ ਜਨਾਬ ਲਓ ਜੀ ਦੋਸਤੋ ਇਹ ਵਿੱਚ ਝੂੰਡਾ ਸ਼ਹਿਰ ਇਹ ਬਹੁਤ ਵੱਡਾ ਕਸਬਾ ਬਣ ਚੁੱਕਿਆ ਤਹਿਸੀਲ ਪਸਰੂਰ ਅਤੇ ਜ਼ਿਲ੍ਹਾ ਇਹਦਾ ਸਿਆਲਕੋਟ ਬੜਾ ਤਾਰੀਖੀ ਕਸਬਾ ਹੈ ਅਸੀਂ ਹੁਣ ਜਾ ਰਹੇ ਹਾਂ ਸਰਦਾਰ ਹਜੂਰਾ ਸਿੰਘ ਜਿਨ੍ਹਾਂ ਨੇ 47ਵਾਂ ਚੈਨਲ 'ਤੇ ਸਾਂਵਲ ਧਾਮੀ ਸਾਹਿਬ ਨੂੰ ਇੰਟਰਵਿਊ ਦਿੱਤਾ ਅਤੇ ਉਹਨਾਂ ਕਿਹਾ ਕਿ ਜੀ ਜਦੋਂ 1947 ਦੀ ਵੰਡ ਹੋਈ ਅਤੇ ਮੈਂ ਉਸੇ ਸਾਲ ਹੀ ਅੰਗਰੇਜ਼ ਦੀ ਆਰਮੀ ਦੇ ਵਿੱਚ ਭਰਤੀ ਹੋਇਆ ਸਾਂ ਅਤੇ ਤਲਕ ਮੇਰਾ ਝੂੰਡੇ ਤੋਂ ਅਤੇ ਉੱਥੇ ਸ਼ਹਿਰ ਤੋਂ ਹਟਵਾਂ ਸੱਜੇ ਪਾਸੇ ਨੂੰ ਮੁੜਦਿਆਂ ਇਹ ਜਿੱਦਣ ਮੈਂ ਮੁੜਨਾ ਪਿਆ ਅੱਗੇ ਪਿੰਡ ਆ ਜਾਂਦਾ ਬੂਟਰ ਅਤੇ ਬੂਟਰਾਂ ਤੋਂ ਉਰਾਂ ਹੀ ਨਾਲ ਹੀ ਸਾਡੇ ਡੇਰੇ ਹੁੰਦੇ ਸਨ ਸਾਡੀਆਂ ਜ਼ਮੀਨਾਂ ਹੁੰਦੀਆਂ ਸਨ ਅਤੇ ਸਾਡੇ ਖੂਹ ਹੁੰਦੇ ਸਨ ਅਤੇ ਮੈਂ ਫਿਰ ਉਹਦੀ ਪੂਰੀ ਰਿਸਰਚ ਕੀਤੀ ਬਜ਼ੁਰਗਾਂ ਨੂੰ ਪੁੱਛਿਆ ਸਾਰਾ ਕੁਝ ਕਰਨ ਦੇ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਉਹਨਾਂ ਦਾ ਬਜ਼ੁਰਗਾਂ ਦਾ ਡੇਰਾ ਵੀ ਬਹਾਲਣਾ ਅੱਜ ਉੱਥੇ ਕੌਣ ਆਬਾਦ ਹੈ ਉੱਥੇ ਡੰਗਰ ਵੱਛਾ ਕੋਈ ਹੈ ਕਿ ਨਹੀਂ ਹੈ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਬਹਾਲ ਲਾਂਗਾ ਇਸ ਤੋਂ ਪਹਿਲਾਂ ਤੁਸੀਂ ਹਾਲੇ ਤੱਕ ਮੇਰਾ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਅਤੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਮੇਰੀਆਂ ਤੁਹਾਨੂੰ ਵੀਡੀਓ ਮਿਲ ਜਾਣ ਇਹ ਜਨਾਬ ਝੂੰਡੇ ਤੋਂ ਲਹਿੰਦੇ ਪਾਸੇ ਨੂੰ ਮੈਂ ਜਾ ਰਿਹਾ ਇਹ ਇੱਧਰ ਸਾਰਾ ਰਕਬਾ ਝੂੰਡੇ ਦਾ ਇਹ ਆ ਗਿਆ ਫਾਟਕ ਮੇਰੇ ਸੱਜੇ ਪਾਸੇ ਝੂੰਡਾ ਸਟੇਸ਼ਨ ਹੈ ਅਤੇ ਇਹ ਖੱਬੇ ਪਾਸੇ ਨੂੰ ਪਸਰੂਰ ਇਹ ਝੂੰਡਾ ਸਟੇਸ਼ਨ ਆ ਨਾਲ ਹੀ ਉਹ ਉੱਪਰਾਂ ਅਤੇ ਇਹ ਜਨਾਬ ਸਿੱਧਾ ਸਾਹਮਣੇ ਪਿੰਡ ਬੁਟਰ ਅੱਜ ਤਾਂ ਮਕਾਨ ਆ ਨਾ ਇੱਥੇ ਕਰਕੇ ਖੱਬੇ ਪਾਸੇ ਨੂੰ ਜਿਹੜਾ ਮੈਂ ਜਾਣਾ ਉੱਧਰ ਨੂੰ ਡੇਰਾ ਆ ਜਾਏਗਾ ਸਰਦਾਰ ਹੁਰਾਂ ਦਾ ਹਜ਼ੂਰਾ ਸਿੰਘ ਹੁਰਾਂ ਦਾ ਉੱਥੇ ਚੱਲਦੇ ਹਾਂ ਇਹ ਹੁਣ ਜੀ ਉੱਧਰ ਨੂੰ ਪੈ ਗਏ ਹਾਂ ਸਿੱਧਾ ਬੰਨਾ ਜਿਹੜਾ ਨਾ ਇਹ ਜਾ ਰਿਹਾ ਡੇਰਿਆਂ ਨੂੰ ਇਹ ਜਨਾਬ ਤੁਹਾਨੂੰ ਅੱਜ ਝੂੰਡੇ ਦੇ ਜਿਹੜੇ ਬਾਜਵੇ ਨੇ ਜੱਟ ਬਾਜਵੇ ਦੇ ਬੜੇ ਮਸ਼ਹੂਰ ਸਨ ਸਿੱਖ ਸਰਦਾਰ 47 ਦੀ ਵੰਡ ਤੋਂ ਪਹਿਲਾਂ ਤਾਂ ਸਾਰਾ ਰਕਬਾ ਝੂੰਡੇ ਸਿੱਖਾਂ ਦਾ ਰਕਬਾ ਜਿਹੜਾ ਮੈਂ ਤੁਹਾਨੂੰ ਇਸ ਵੇਲੇ ਬਹਾਲਣਾ ਪਿਆ ਕਾਲਾ ਰਕਬਾ ਕਿਉਂਕਿ ਲੋਕਾਂ ਨੇ ਕਣਕਾਂ ਵੱਢ ਕੇ ਅਤੇ ਜਿਹੜੀ ਉਹਦੀ ਬਾਕੀਆ ਅਤੇ ਮੁੱਢ ਨੇ ਉਹਨੂੰ ਅੱਗਾਂ ਲਾਈਆਂ ਨੇ ਅਤੇ ਉਹ ਸੜ ਗਈਆਂ ਨੇ ਮੁੱਢ ਸੜੇ ਨੇ ਉਹ ਜਿਹੜਾ ਨਜ਼ਰ ਆ ਰਿਹਾ ਡੇਰਾ ਇਹ ਸਕਰੀਨ ਦੇ ਵਿੱਚ ਦਰਖਤ ਉੱਥੇ ਜਾਣਾ ਅਤੇ ਇਹ ਜਨਾਬ ਉਹੀ ਪੁਰਾਣੇ ਰਸਤੇ ਇਹ ਜਨਾਬ ਇਹ ਸਾਰੀ ਰਕਬਾ ਜਿਹੜਾ ਨਾ ਇਹ ਸਿੱਖਾਂ ਦਾ ਜਿਹੜਾ ਕਿ ਫਿਰ ਮਹਾਜਰ ਜਦੋਂ ਆਏ ਉੱਧਰੋਂ 47 ਦੀ ਵੰਡ ਤੋਂ ਬਾਅਦ ਅਤੇ ਉਹਨਾਂ ਨੇ ਫਿਰ ਅਲਾਟਮੈਂਟ ਕਰਵਾ ਲਈ ਇੱਥੋਂ ਖੱਬੇ ਪਾਸੇ ਨੂੰ ਖੂਹ ਆਏਗਾ ਬੇਰੀ ਵਾਲਾ ਜਿਹੜਾ ਤੁਹਾਨੂੰ ਬਾਅਦ 'ਚ ਮੈਂ ਵਾਲਣਾ ਲੇਕਿਨ ਮੈਂ ਜਾ ਰਿਹਾ ਸੱਜੇ ਪਾਸੇ ਨੂੰ ਇਹ ਜਨਾਬ ਆ ਗਏ ਡੇਰੇ ਜਿਹੜੇ ਕਿ ਸਰਦਾਰਾਂ ਦੇ ਡੇਰੇ ਉਦੋਂ ਬਣੇ ਸਨ ਪੱਕੇ ਇਹ ਅੱਜ ਵੀ ਮੌਜੂਦ ਨੇ ਅਤੇ ਇਹ ਬੈਰੂਨੀ ਮੰਜ਼ਰ ਹੈ ਜਨਾਬ ਸਰਦਾਰ ਜੀ ਵੇਖ ਲਓ ਡੇਰੇ ਨੇ ਤੁਹਾਡੇ ਅਤੇ ਇਹ ਛੱਪੜ ਪੁਰਾਣਾ ਹੀ ਇਹ ਛੱਪੜ ਪੁਰਾਣਾ ਹੀ ਉਸ ਤਰ੍ਹਾਂ ਛੱਪੜੀ ਜੀ ਰਹਿ ਗਈ ਅੱਗੋਂ ਪੂਰ ਕੀਤੀ ਨਹੀਂ ਅਤੇ ਇਹ ਪੂਰਾ ਜਿਹੜਾ ਨਾ ਵਾਹ ਜੀ ਵਾਹ ਪੂਰਾ ਕਿੱਲਾ ਹੈ ਹਵੇਲੀਆਂ ਦਾ ਹਵੇਲੀ ਉੱਥੋਂ ਰਾਹ ਹੈ ਨਾ ਅੱਗੋਂ ਅਤੇ ਆਹ ਪਿਛਲੀ ਜਗ੍ਹਾ ਪਾ ਕੇ 3 ਕਨਾਲਾਂ ਪਿੱਛੇ ਕਨਾਲ ਲਿਆ ਹੋਵੇ ਇਹ ਬੇਰੀ ਵਾਲਾ ਖੂਹ ਬੇਰੀ ਵਾਲਾ ਖੂਹ ਉਹ ਜਿਹੜਾ ਸੀ ਅੰਬ ਵਾਲਾ ਖੂਹ ਤਾਂ ਬਹੁਤ ਵੱਡਾ ਕੰਮ ਹੁੰਦਾ ਸੀ ਉਹ ਫਲਾਈ ਵਾਲਾ ਹੁੰਦਾ ਸੀ ਇਹ ਇੱਥੇ ਅੰਬ ਵਾਲਾ ਖੂਹ ਸੀ ਇਹ ਬੇਰੀ ਵਾਲਾ ਹੈ ਤੇ ਬੇਰੀ ਵਾਲਾ ਆਇਆ ਸੀ ਇੱਥੇ ਬੇਰੀ ਹੁੰਦੀ ਹੈ ਜਿਹਦਾ ਉਹਦਾ ਖੱਡਾ ਇੱਥੇ ਮੌਜੂਦ ਬੇਰੀ ਬੜੀ ਪੁਰਾਣੀ ਪੱਟੀ ਦੀ ਵੇਖੋ ਜੀ ਅਮਜੀ ਸਾਹਿਬ ਚੀਜ਼ਾਂ ਉੱਥੇ ਹੀ ਨੇ ਅਤੇ ਬਣਾਉਣ ਵਾਲੇ ਅਤੇ ਜਿਹੜੇ ਦੂਸਰੇ ਨੇ ਉਹ ਗਾਇਬ ਨੇ ਉਮਰ ਦੇ ਨਾਲ ਨਾਲ ਅਤੇ ਹੁਣ ਡਾਲੀ ਰਹਿ ਗਈ ਹੋਣੀ ਹੈ ਇੱਥੇ ਬੇਰੀ ਬੇਰੀ ਵਾਲਾ ਖੂਹ ਅਤੇ ਇੱਥੇ ਬੇਰੀ ਹੁੰਦੀ ਸੀ ਬੇਰੀ ਵੀ ਚੰਗੀ ਵੱਡੀ ਹੋਣੀ ਹੈ
वाकई बड़ा पुराना खूह इसलिए क्या इटा तुम वेखो नानक शाह इटा ने वड्डा खूह है वड्डा खूह है ਇਹ ਖੂਹ ਮੈਂ ਆਪਣੀ ਹੋਸ਼ ਦਾ ਪਾਣੀ ਵੀ ਪੀਂਦਾ ਰਿਹਾ ਉਹ ਪਰ ਉੱਥੇ ਪਾਰਸ਼ਾ ਉਧਰ ਨੂੰ ਪਾਣੀ ਨਿਕਲਦਾ ਹੁੰਦਾ ਅੱਛਾ ਇਧਰ ਨੂੰ ਆਹੋ ਐ ਅੱਗੇ ਪਰਲੇ ਸਾਹਿਬ ਅੱਛਾ ਇਧਰ ਜਿਹੜਾ ਸੀ ਉਹ ਲੱਗਾ ਹੁੰਦਾ ਸੀ ਜਾਨਵਰ ਘੇਰੇ ਵਾਲਾ ਮਤਲਬ ਸਾਰਾ ਅੱਛਾ ਇਧਰ ਇਸ ਸਾਈਡ ਤੇ ਜਿਹੜਾ ਢੱਗੇ ਚੱਲਦੇ ਸਨ ਢੱਗੇ ਚੱਲਦੇ ਆ ਇਧਰ ਜਿਹੜਾ ਇਧਰ ਨੂੰ ਪਾਰਸ਼ਾ ਸੀ ਉਹਦਾ ਇਸ ਤਰ੍ਹਾਂ ਪਾਰਸ਼ਾ ਇੱਥੇ ਪਾਣੀ ਇਧਰ ਜਾਂਦਾ ਸੀ ਇਧਰ ਨੂੰ ਨਹੀਂ ਬਿਲਕੁਲ ਪਰਲੇ ਰੁਕ ਸਿੱਧਾ ਅੱਛਾ ਇਹ ਇਧਰ ਨੂੰ ਆਹੋ ਇਧਰ ਹਾਂ ਜੀ ਮਤਲਬ ਮਸ਼ਰਕ ਵਾਲੀ ਸਾਈਡ ਤੋਂ ਸਿੱਧਾ ਬਿਲਕੁਲ ਮਸ਼ਰਕ ਆ ਇਧਰ ਜੀ ਉੱਥੇ ਪਰਾਂ ਨੂੰ ਆ ਜਾਂਦਾ ਸੀ ਫਿਰ ਇੰਜ ਆੜ ਨਾਲ ਨਾਲ ਨਿਕਲੀ ਹੁੰਦੀ ਸੀ ਬਣ ਜਾਂਦਾ देखो जी पानी आज भी मौजूद है अल्लाह की कुदरत ना कि खूह बने पानी वास्ते होंदे ने ओ विच की लगा दा कोई तख्ती लगी की लगा आहो लगियां हुंदियां हैं खूहां च अक्सर ना आ कोई तख्ती लगी जी तख्ती जी की जट जी अंज तानू खड़ी की आहो कोई सेल टैप ऐसा नहीं है कुछ आहो जी सरह जड़ी हैगी ना ते ए विच हुन देखो जी ਜ਼ਾਰੀ ਬਾਤ ਹੈ ਜਦੋਂ ਕੋਈ ਚੀਜ਼ ਚੱਲੇ ਨਾ ਤੇ ਗੰਦ ਹੀ ਪੈ ਜਾਂਦਾ ਹੈ ਗੰਦ ਹੀ ਸੁੱਟਦੇ ਨੇ ਉਹ ਵਿੱਚ ਉਹ ਇੱਥੇ ਪਹਿਲੇ ਇਹਨਾਂ ਦੇ ਫਾਰਮ ਫੁਰਮ ਹੁੰਦੇ ਹਨ ਉਹ ਵੀ ਗੰਦ ਬਲਾਈ ਤੇ ਸੁੱਟ ਜਾਂਦੇ ਹੁੰਦੇ ਐ ਹੀ ਵਜ੍ਹਾ ਡੇਰੀ ਵਾਲਾ ਖੂ ਹਾਂ ਡੇਰੀ ਵਾਲਾ ਖੂ ਹੁੰਦਾ ਕੀ ਬਾਤ ਵੇਖੋ ਜੀ ਹੁਣ ਤਾਂ ਢਾ ਲੱਗ ਗਈ ਢੱਠਾ ਸ਼ੁਰੂ ਹੋ ਗਿਆ ਉਹਦੀ ਵਜ੍ਹਾ ਕਿ ਉਹ ਜਿਸ ਤਰ੍ਹਾਂ ਕਹਿੰਦੇ ਨੇ ਜਾ ਕੇ ਜੂੰਦਿਆਂ ਦੇ ਮੇਲੇ ਬਿਲਕੁਲ ਤੇ ਇਹ ਹੁੰਦਾ ਤੇ ਫਿਰ ਇਸ ਤਰ੍ਹਾਂ ਹੀ ਹੈ ਨਾ ਲਓ ਜੀ ਆ ਯਾਦਗਿਰੀ ਰਹੇਗੀ ਇਸ ਤੋਂ ਪਹਿਲਾਂ ਇਹ ਵੀ ਮੁੱਕ ਜੇ ਕਿਉਂਕਿ ਹੁਣ ਤਾਂ ਪੁਰਾਣੀਆਂ ਚੀਜ਼ਾਂ ਉਂਝ ਮੁੱਕਦੀਆਂ ਜਾ ਰਹੀਆਂ ਨੇ ਵਕਤ ਦੇ ਨਾਲ ਨਾਲ ਬਿਲਕੁਲ दरख्त पुराने ने आहो एडे दरख्त ऐसा ही होंगे पहले भी एडे वे दरख्त नहीं है वड के फिर झुंड जी बन गया खाली हों अच्छा मतलब पारछा जहाँ इतना रख के तो पानी भरा जाना होंगे इंज आड़ बनी होंगी इधर सीधी इंज करके इंज आती पूरे इलाके रकबे उधर सारे पानी देखो जी देखो छोटिया इटा का खूह खूह बने ते चौड़ा बड़ा वड्डा खूह है ते ऐ को रेलवे लाइन है जी चुइंडा पसरूर रोड जेडी के नारोवाल बिल्कुल ते वजीराबाद सियालकोट जांदी है बिल्कुल बुजुर्ग दस दिन में कहते हैं खूह है ना ये 200 साल पुराना है लाइन जी 1916 च बनी सी लिहाजा लैन बाद च बनी है खूह पुराना है ऐसा पानी जो लैन पार भी जाता हों कहते हले भी कितने पै पे ने उस दौर के पुराने थले ताकि पानी परले पास नगान वास्ते यानी कि एडा यदि पुरानी हिस्टरी है इतने ढगे जी आहो बेरी वाला खूह मैं ओदो बच्चा जिहा हुंदा मैनूं याद है उस दिन ना खूह हुंदा सी ना ते ओह बाल्टियां हुंदियां सन पानी भरन वास्ते लज जी बनाई होनी पानी आहो वी हुंदी सी रस्सी दा मैं उदो छोटा जिहा हुंदा जिहदा मतलब बंदे दा ज़हन हुंदा खूह कोई डर भी लगदा विच डिगदा जा हां ते उत्थे मतलब बैठे ने दादे होणे ये अगे पिछे ना गर्मियां दे दिन सन खूह चलांदे हुण उस टाइम खूह नहीं चलदा पिया ते पानी पीना होवे ते मसाले मैं ना बाल्टी फड़ी लज समेत ते हुण बच्चे हैं बच्चे वाला ज़हन सी पानी पीण वास्ते विच सुट्टी बाल्टी लज नूं ते हुण वेख ना बच्चा ना मैं अग्गे होके नहीं कढणा ओह जदों पानी दी विच भर कीती ना अद्धी हो गई जिन्नी परले पासे ना मैं सुटी रस्सी फड़ी फिर मैं ओनू फड़ के ना इंज पिछे नूं आया अच्छा ओह बाल्टी उत्ते उत्ते इंज आउंदी रही ते ओह मतलब पीण जोगा पानी थोड़ा जिहा आ गया कसर कसर के कसर कसर के आ गया विच रोड़दा रहा ते मैं इंज खिचदा रहा मतलब मैं क्या अगे नूं जावां विच ना डिगवा लेकिन जे वी शुकर है कि तुहां इंज करके पिछे नूं ओह परले पासे नूं जांदा गया ए वी शुकर है तुहां कल दी ते बाल्टी विच डिग पैंदी इक वारी मैं वी छोटे हुंदा बाल्टी सुट चड़ी सी ते ओह हुंदे जनाब इधरों ढहना शुरू हो गया कम्म हौली हौली ना बिलकुल
ਚੰਗੀਆਂ ਚੌੜੀਆਂ ਇੱਟਾਂ ਜਿਹੜਾ ਨਾ ਵਿੱਚ ਕੰਧ ਵੀ ਮੇਰਾ ਕੋਈ 13 ਇੰਚ ਤਾਂ ਬਹੁਤ ਹੀ ਵੱਡੀ ਹੈ ਬੜੀ ਵੱਡੀ ਤੇਰਾ ਇੰਚ ਤਾਂ ਬਹੁਤ ਹੀ ਵੱਡੀ ਹੈ ਉਸਲੇ ਅਸੀਂ ਚੁੰਡੇ ਵੇਖਿਆ ਉਦੋਂ ਵੀ ਗਲੀਆਂ ਇੰਨੀਆਂ ਨਹੀਂ ਇੱਟਾਂ ਦੀਆਂ ਆਹੋ ਸ਼ਹਿਰ ਸੋਲ ਜਿਹੜਾ ਨਾ ਸ਼ਹਿਰ ਚ ਇੰਨਾ ਇੱਟਾਂ ਦਾ ਲੱਗਾ ਹੋਇਆ ਸੀ ਉਹ ਵੀ ਵੇਖਿਆ ਹੁਣ ਤਾਂ ਦੂਜਾ ਸੋਲ ਲੱਗ ਗਿਆ ਨਾ ਤੇ ਉਹਨਾਂ ਦਾ ਸਿੱਖਾਂ ਦੇ ਦੌੜਾਂ ਦੇ ਸੋਲ ਹੁੰਦੇ ਆ ਆਹੋ ਨਹੀਂ ਜੀ ਇਹ ਤੇ ਬੜਾ ਇੱਕ ਯਾਦਗਾਰ ਇਸ ਲਈ ਯਾਦਗਾਰ ਹੈ ਕਿ ਬਜ਼ੁਰਗਾਂ ਦੀ ਵੇਖੋ ਜੀ ਖੋਰੇ ਕਿੰਨੇ ਬਣਾਇਆ ਤੇ ਵੇਖਿਆ ਨਾ ਜੀ ਵਕਤ ਦੇ ਨਾਲ ਨਾਲ ਚੀਜ਼ਾਂ ਬਦਲ ਗਈਆਂ ਤੇ ਅੱਜ ਜਿਹੜਾ ਨਾ ਉਹ ਯਾਦਾਂ ਹੀ ਰਹਿ ਗਈਆਂ ਨੇ ਬੇਰੀ ਵਾਲੇ ਖੂਹ ਦੀਆਂ ਬੇਰੀ ਵਾਲਾ ਖੂਹ ਚੁਇੰਡਾ ਚੁਇੰਡਾ ਹੀ ਹੋਏਗਾ ਨਾ ਰਕਬਾ ਤੇ ਚੁਇੰਡਾ ਹੀ ਹੈ ਨਾ ਹਾਂ जनाब वेखो तुसी राह बजुर्गां दे अज वी ने ओ जिहड़े ओ छड्डे ने उदों किन्ने दा है किन्ना साढ़े पांच फुट दा इक करू ते तीन करू दा राह छड्डिया दा पुराने दौर दा ए चुइंडा शहर रेलवे सिग्नल ਤੇ ਇਹ ਸਾਰਾ ਚੁਇੰਡਾ ਸ਼ਹਿਰ ਇਹ ਨਜ਼ਰ ਆ ਰਿਹਾ ਅਤੇ ਇਹ ਚੁਇੰਡੇ ਸ਼ਹਿਰ ਦੇ ਵਿੱਚ ਬੇਰੀ ਵਾਲਾ ਖੂਹ ਦੇਖੋ ਨਾ ਇਹ ਸ਼ਹਿਰ ਇਹ ਸਾਰਾ ਚੁਇੰਡੇ ਦਾ ਰਕਬਾ ਜਿਸ ਤਰ੍ਹਾਂ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖ ਇੱਥੇ ਆਉਂਦੇ ਸਾਰਾ ਰਕਬਾ ਉਹਨਾਂ ਦਾ ਹੀ ਹੁੰਦਾ ਸੀ ਲੇਕਿਨ ਹੁਣ ਵਕਤ ਗੁਜ਼ਰ ਗਿਆ ਵੇਖ ਲਓ ਇਹ ਸਿਸਟਮ ਖਤਮ ਹੋ ਗਿਆ ਅਸੀਂ ਆਪਣੀ ਉਸ ਵਿੱਚ ਜਿਹੜੀ ਸੜਕ ਦੇ ਨਾਲ पानी ਲਈ ਹੈ ਜਲੰਧਰ ਤੋਂ ਆਏ ਸਨ ਤੇ ਇਹ ਉਹਨਾਂ ਦੀ ਹਵੇਲੀ ਏ ਇਹ ਵਿੱਚ ਉਹਨਾਂ ਦੇ ਜਾਨਵਰ ਬੱਜੇ ਨੇ ਮਾਸ਼ਾਅੱਲਾ ਬੜੀਆਂ ਪਿਆਰੀਆਂ ਮੱਝਾਂ ਨੇ ਔਰ ਇਹ ਜਨਾਬ ਇੱਥੇ ਹੁਣ ਆਬਾਦ ਨੇ ਇਹ ਸੀ ਆਈ ਦੀ ਵੀਡੀਓ ਜਿਹਦੇ ਵਿੱਚ ਸਰਦਾਰ ਜੀ ਤੁਹਾਨੂੰ ਮੈਂ ਤੁਹਾਡਾ ਡੇਰਾ ਤੁਹਾਡੇ ਖੂਹ ਔਰ ਤੁਹਾਡਾ ਇਲਾਕਾ ਚੁਇੰਡ ਦਾ ਵਿਖਾ ਲਿਆ ਉਮੀਦ ਤੁਹਾਨੂੰ ਵੀਡੀਓ ਅੱਛੀ ਲੱਗੀ ਹੈਗੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਰੱਬ ਰਾਖਾ।